ਅਸਲਾਮੁਅਲੈਕਮ ਮੈਂ ਰਣਾ ਇਜਾਜ਼ੀ ਕੀ ਹਾਲ ਚਾਲ ਆ ਕਿਦਾਂ ਸਭ ਵਧੀਆ ਅੱਲਾ ਪਾਕ ਤੁਹਾਡੇ ਤੇ ਤੁਹਾਡੇ ਭੈਣਾ ਭਰਾਵਾਂ ਤੇ ਅੰਮੀ ਅੱਬੂ ਤੇ ਆਡੇ ਬੱਚਿਆਂ ਤੇ ਹਮੇਸ਼ਾ ਆਪਣੀ ਰਹਿਮਤ ਰੱਖੇ ਤੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਦੋਸਤ ਮੇਰਾ ਚੈਨਲ ਜਿਹੜਾ ਹੈ ਸਬਸਕ੍ਰਾਈਬ ਕਰਦੇ ਨੇ ਤੇ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁਣੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਸਭ ਤੋਂ ਪਹਿਲੇ ਉਸ ਤੋਂ ਬਾਅਦ ਘੰਟੀ ਦਾ ਜਿਹੜਾ ਬਟਨ ਹੈ ਉਹ ਦਬਾਉਣਾ ਹੈ ਤਾਂ ਕਿ ਜਿੱਲੇ ਮੇਰੀ ਵੀਡੀਓ ਆਵੇ ਤਾਂ ਘੰਟੀ ਵੱਜ ਜਵੇ ਤੁਹਾਨੂੰ ਪਤਾ ਲੱਗ ਜਵੇ ਕਿ ਰਾਣਾ ਇਜਾਜ਼ ਨੇ ਕੋਈ ਨਾ ਕੋਈ ਵੀਡੀਓ ਜਿਹੜਾ ਅਪਲੋਡ ਕਰਤਾ ਹੈ ਜੀ ਲਓ ਜੀ ਕਾਲ ਮਲਾਉਣੇ ਜੀ ਆਪਾਂ ਹੈਲੋ ਹੈਲੋ ਅਸਲਾਮੁਅਲੈਕਮ ਜੀ ਵਾਲੇਕਮ ਸਲਾਮ ਖਾਲਸਾ ਬਗਲ ਕਰ ਰਹੇ ਜੀ ਖਾਲਸਾ ਬਗ ਆਪਣਾ ਨਾ ਇੱਕ ਬੱਚਾ ਜਿਹੜਾ ਬਿਮਾਰ ਸੀਗਾ ਹਾਂ ਜੀ ਤੇ ਅੱਲਾਹ ਪਾਕ ਨੇ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਦਿੱਤੀ ਅੱਛਾ ਜੀ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਹੈ ਤੇ ਤੁਹਾਨੂੰ ਪਤਾ ਨਾ ਕਿ ਫਿਰ ਜੇ ਕੋਈ ਬਿਮਾਰ ਉੱਠਦਾ ਤੇ ਉਹਦਾ ਸਦਕਾ ਦੇਈਦਾ ਹੁੰਦਾ ਹਾਂਜੀ ਪਤਾ ਤੇ ਉਹ ਮੈਨੂੰ ਸਾਡੇ ਸਾਹਮਣੇ ਕਰਿਆਨੇ ਵਾਲੇ ਜਿਹੜੇ ਨੇ ਨਾ ਜੀ ਉਹ ਤੁਹਾਡੇ ਵਾਕਫ ਨੇ ਅੱਛਾ ਜੀ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀਗਾ ਕਹਿੰਦੇ ਜੀ ਇਹਨਾਂ ਨੂੰ ਫੋਨ ਕਰਕੇ ਸਦਕਾ ਇਹਨਾਂ ਨੂੰ ਦੇ ਦਿਓ ਬਹੁਤਰਾ ਨੰਬਰ ਗਲਤ ਮਿਲ ਗਿਆ ਨਹੀਂ ਨਹੀਂ ਤੁਸੀਂ ਖਾਲਦ ਸਾਹਿਬ ਹੀ ਨਹੀਂ ਗੱਲ ਕਰ ਰਹੇ ਮੈਂ ਤੇ ਖਾਲਦ ਹੀ ਗੱਲ ਕਰ ਰਿਹਾ ਹਾਂ ਪਰ ਆ ਜਿਹੜੀ ਤੂੰ ਬਾਕੀ ਗੱਲਾਂ ਕੀਤੀਆਂ ਨੇ ਇਹ ਮੇਰੀਆਂ ਨਹੀਂ ਹੈਗੀਆਂ ਤੇ ਇਹ ਅ ਅ 10 ਬਰਾਕੀ ਲੋ ਵੱਡਾ ਗੋਸਤ ਆ ਜੀ ਤੇਰਾ ਨਾਮ ਕੀ ਆ ਮੈਂ ਰਾਣਾ ਇਜਾਜ਼ ਗੱਲ ਕਰ ਰਿਹਾ ਜੀ ਰਾਣਾ ਇਜਾਜ਼ ਬਹੁ ਮੈਂ ਤੈਨੂੰ ਦੱਸਿਆ ਕਿ ਮੈਂ ਉਹ صدکا صدکا ਲੈਣ ਵਾਲਾ ਬੰਦਾ ਨਹੀਂ ਹੈਗਾ ਤੂੰ ਨੰਬਰ ਗਲਤ ਮਲਾ ਲਿਆ ਹਾਂਜੀ ਤੇ ਮੈਂ ਪਹਿਲਾ ਕਿੱਥੇ ਆਉਣਾ ਜੀ ਤੁਹਾਡੇ ਕੋਲ ਕਿੱਥੇ ਲੈ ਕੇ ਆਉਣਾ ਜੀ ਯਾਰ ਤੇਰੀ ਗੱਲ ਸਮਝ ਨਹੀਂ ਆ ਰਹੀ ਆ ਰਹੀ ਜੀ ਆ ਰਹੀ ਤੇ ਫਿਰ ਉਹ ਗੱਲ ਨੂੰ ਸਮਝ ਕੇ ਤੇ ਮੈਨੂੰ ਫੇਰ ਗੱਲ ਕਰਨਾ ਮੈਂ ਇਹ ਪੁੱਛਿਆ ਤੁਹਾਡਾ ਕੋ ਕਿ ਮੈਂ ਕਿੱਥੇ ਇੱਕ صدਕਾ ਦੇਣਾ ਤੁਹਾਨੂੰ ਮਤਲਬ ਤੁਹਾਨੂੰ ਤੁਸੀਂ ਆਪ ਆ ਕੇ ਲੈ ਜਾਂਦੇ ਹੋ ਜਾਂ ਦੇਣਾ ਪੈਣਾ ਤੁਹਾਨੂੰ ਆ ਕੇ ਯਾਰ ਮੈਂ صدਕਾ ਲੈਣ ਵਾਲਾ ਬੰਦਾ ਹੀ ਨਹੀਂ ਆਗਾ ਤੂੰ ਤੈਨੂੰ ਕਿਹੜੇ ਕਰਿਆਨੇ ਵਾਲੇ ਨੇ ਤੈਨੂੰ ਨੰਬਰ ਦੇ ਦਿੱਤਾ ਹੈ ਤੁਸੀਂ ਖਾਲਦ ਸਾਹਿਬ ਗੱਲ ਕਰਦੇ ਹੋ ਨਾ ਮੈਂ ਮੇਰਾ خیال ਆ ਦੋ ਵਾਰੀ ਦੱਸਤਾ ਕਿ ਖਾਲਦ ਦੀ ਗੱਲ ਕਰ ਰਹੇ ਆ ਪਰ ਤੂੰ ਇੱਕ ਬਾਕੀ ਜਿਹੜੇ ਗੱਲਾਂ ਉਹ ਮੇਰੀਆਂ ਨਹੀਂ ਨਾ ਹੈਗੀਆਂ صدਕਾ صدਕਾ ਲੈਣ ਵਾਲੀਆਂ ਅਸੀਂ ਸਰਕਾ ਦੇਣ ਵਾਲੇ ਲੋਕਾਂ ਲੈਣ ਵਾਲੇ ਨਹੀਂ ਬਸ ਠੀਕ ਹੈ ਜੀ ਅੱਲਾ ਖੈਰ ਕਰੇਗਾ ਤੇ ਬਸ ਤੁਹਾਡੀਆਂ ਦੁਆਵਾਂ ਨਾਲ ਬੱਚਾ ਹੋ ਗਿਆ ਠੀਕ ਜੀ ਉਹ ਮੇਰੀਆਂ ਦੁਆਵਾਂ ਨਾਲ ਨਹੀਂ ਹੋਇਆ ਮੈਨੂੰ ਪਤਾ ਹੀ ਨਹੀਂ ਤੂੰ ਕੌਣ ਆ ਤੇਰਾ ਬੱਚਾ ਕਿਹੜਾ ਵਾ ਤੇ ਮੇਰੀਆਂ ਦੁਆਵਾਂ ਐਵੇਂ ਉੱਥੇ ਪਹੁੰਚ ਗਈਆਂ ਤੇ ਇਹ ਦੱਸੋ ਕਿ ਅਸੀਂ ਨਾ ਜੀ ਹੁਣ ਹੁਣ ਤਾਂ ਹੈਗਾ ਆ 11 ਕਿਲੋ ਵੱਡਾ ਗੋਸਤ ਹਲੋ ਬੜਾ ਕੋ ਬਦਤਮੀਜ਼ ਬੰਦਾ ਯਾਰ ਤੇਰੀ ਗੱਲ ਸਮਝ ਨਹੀਂ ਆ ਰਹੀ ਤੂੰ ਕਮਸ ਕਮ ਇਹ ਵੇਖ ਲਾ ਕੇ ਟਾਈਮ ਕੀ ਆਦ ਕਿਹੜੇ ਟਾਈਮ ਕਾਲ ਕਰ ਰਹੇ ਆ ਕਿੱਥੇ ਕਰ ਰਹੇ ਆ ਨੰਬਰ ਸਹੀ ਵੀ ਮਲਾਇਆ ਕਿ ਨਹੀਂ ਮਲਾਇਆ ਤੈਨੂੰ ਕਮਸ ਕਮ ਇਹ ਤੇ ਖਿਆਲ ਕਰ ਲੈ ਹਾਂਜੀ ਤੇ ਉਸ ਤੋਂ ਬਾਅਦ ਇਹ ਆ ਕਿ ਜੁਮੇਰਾਤ ਦੀ ਜੁਮੇਰਾਤ ਨਾ ਜੀ ਤਿੰਨ ਕਾਲੀਆਂ ਸਿਰੀਆਂ ਤੇ ਤਿੰਨ ਚਿੱਟੀਆਂ ਸਿਰੀਆਂ ਵੀ ਦਿਆ ਕਰਨੀਆਂ ਉਹ ਵੀ ਤੁਸੀਂ ਉਹ ਵੀ ਤੁਸੀਂ ਲੈ ਜਾਣੀਆਂ ਜੀ ਆ ਕੇ ਲੈ ਜਾਇਆ ਕਰਿਓ ਤੇ ਮਗਜ਼ ਕੱਢ ਕੱਢ ਕੇ ਆਮਨਾ ਖਾਦੇ ਤੇ ਇੰਜੋਏ ਕੀਤਾ ਪੁੰਨ ਪੁੰਨ ਕੇ ਓਏ ਤੂੰ ਮੇਰੇ ਕੋਲੋਂ ਆਪਣਾ ਮਗਜ਼ ਨਾ ਕਢਾ ਲਵੀਂ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਇਹ ਬੱਤਮੀਜ਼ੀ ਜਿਹੜੀ ਹੈ ਨਾ ਮੇਰੇ ਨਾਲ ਨਾ ਕਰ ਅੱਧੀ ਰਾਤ ਫੋਨ ਕਰਕੇ ਕਿਸੇ ਨੂੰ ਤੰਗ ਕਰਨ ਦਾ ਤਰੀਕਾ ਕਾਰ ਤੋ ਜੇ ਲੱਭਿਆ ਵਾ ਕੋ ਇਨਸਾਨਾਂ ਵਾਲੀ ਗੱਲ ਕਰ ਮੇਰੇ ਨਾਲ ਮੈਂ ਮੈਂ ਇਸ ਟਾਈਪ ਦਾ ਬੰਦਾ ਨਹੀਂ ਹੈਗਾ ਇੱਕ ਮੈਂ ਯਾਰ ਤੇਰੇ ਪਾ ਵਾਸਤੇ ਰਿਜ਼ਕ ਦਾ ਬੰਦੋਬਸ ਕਰ ਰਿਆ ਹਾਂ ਤੇ ਉੱਤੋਂ ਯਾਰ ਤੂੰ ਮੈਨੂੰ ਨਵੀਆਂ ਗੱਲਾਂ ਸੁਣਾ ਰਿਹਾ ਯਾਰ ਮਤਲਬ ਕਿ ਲੈਣੇ صدਕੇ ਤੱਕ ਤੂੰ ਬਹਿ ਜਾ ਐਡਾ ਕਿਤੇ ਤੂੰ ਸਖੀ صدਕੇ ਦੇਣ ਵਾਲਾ ਤੂੰ ਰਿਜ਼ਕ ਦਾ ਇੰਤਜ਼ਾਮ ਤੂੰ ਕਰਨ ਰਿਹਾ ਕਹਦਾ ਤੂੰ ਰਿਜ਼ਕ ਦਾ ਇੰਤਜ਼ਾਮ ਕਰਨ ਰਿਹਾ صدਕੇ ਤੂੰ ਤੂੰ ਖਾ ਹਾਂ صدਕਾ ਆਪਣੇ ਘਰਦਿਆਂ ਨੂੰ ਖਵਾ ਯਾਰ ਮਤਲਬ ਕਿ ਅੱਲਾਹ ਪਾਕ ਨੇ ਮਤਲਬ ਕਿ ਮੈਨੂੰ ਤੋਫੀਕ ਦਿੱਤੀ ਹੈ ਤੇ ਮੈਂ ਸਦਕਾ ਦੇਂਡਿਆਂ ਤੇ ਉਹ ਉਹਦੇ ਨਾਲ ਚਲੋ ਤੁਹਾਡਾ ਵੀ ਸਰ ਜਾਏਗਾ ਉਹ ਤੇ ਫਿਰ ਜਿਹੜਾ ਸਦਕਾ ਲੈਂਦੇ ਉਹਨਾਂ ਨੂੰ ਦੇ ਹਾਂ ਤੇ ਤੁਸੀਂ ਲੈਨੇ ਆ ਸਦਕਾ ਓਏ ਮੇਰੇ ਨਾਲ ਨਾ ਨੀਵੇਂ ਨੀਵੇਂ ਤਰੀਕੇ ਨਾਲ ਗੱਲ ਕਰ ਕੀ ਮਤਲਬ ਨੀਵੇਂ ਤਰੀਕੇ ਨਾਲ ਗੱਲ ਕਰ ਬਦਤਮੀਜ਼ੀ ਨਾ ਕਰ ਮੇਰੇ ਨਾਲ ਇਹ ਚ ਬਦਤਮੀਜ਼ੀ ਵਾਲੀ ਕਿਹੜੀ ਗੱਲ ਆ ਆ ਬਦਤਮੀਜ਼ੀ ਵਾਲੀ ਗੱਲ ਆ ਤੂੰ ਮੈਨੂੰ ਪੁੱਛਿਆ ਨਹੀਂ ਮੈਂ ਕੌਣ ਆ ਮੇਰਾ ਨਾ ਇਹ ਹਿਸਾਬ-ਸਾਬ ਲਾ ਕੇ ਤੂੰ ਸਿੱਧਾ صدਕਾ ਹੀ ਦੇਣ ਲਾ ਪਿਆ ਭਾਈ ਜਾਨ ਮੈਨੂੰ ਉਹਨਾਂ ਨੇ ਦੱਸਿਆ ਹੈ ਕਿ ਖਾਲਦ صدਕੇ ਵਾਲਾ ਮਸ਼ਹੂਰੋ ਮਰੂਫ ਫੈਸਲਾਬਾਦ ਦਾ ਆਦਮੀ ਹੈ ਉਹ ਕਿਹੜਾ ਬਤਨੀ ਬੰਦਾ ਜਿਹਨੇ ਤੈਨੂੰ ਦੱਸਿਆ ਹੈ ਤੁਸੀਂ ਖਾਲਦ صدਕੇ ਵਾਲੇ ਨਹੀਂ ਗੱਲ ਕਰ ਰਹੇ ਓਏ ਮੇਰੀ ਗੱਲ ਸੁਣ ਮੈਂ ਕੋਈ صدਕੇ صدਕੇ ਵਾਲਾ ਨਹੀਂ ਬੋਲ ਗੱਲ ਕਰਨ ਰਿਆਂ ਨੂੰ ਬੰਦ ਕਰ ਫੋਨ ਨੂੰ ਦੱਸੋ ਯਾਰ ਅਜੀਬ ਡਰਾਮੇਬਾਜ਼ੀ ਅੱਜਕੱਲ ਮਤਲਬ ਹੈ ਮੈਂ ਤੂੰ ਕਰਨੇਗਾ ਮੈਂ ਕਰਨੇ ਆ ਫਕੀਰਾਂ ਦੀ ਆਕੜ ਦੇਖੋ ਅੱਜਕੱਲ ਓਏ ਯਾਰ ਮੇਰੇ ਕੋਲੋਂ ਨਾ ਤੂੰ ਗਾਲਾਂ ਨਾ ਕਾਲਵੇਂ ਮੈਂ ਤੈਨੂੰ ਦੱਸਣ ਰਿਹਾ ਮੈਂ ਤੇਰਾ ਇਤਰਾਮ ਕਰੀ ਜਾਂਦਾ ਘਰ ਦੇ ਨਾਲ ਪਏ ਨੇ ਮੈਂ ਕਹਿੰਦਾ ਵੀ ਬੱਚੇ ਨਾਲ ਜਾਗਣ ਤੇ ਪਰ ਹੈਲੋ ਆਪਣੀ ਟੋਨ ਨਾ ਜ਼ਰਾ ਠੀਕ ਰੱਖ ਤੇ ਤੂੰ ਜਿੰਨਾ ਦੀ ਗੱਲ ਕਰਨਿਆ ਨਾ ਇਸ ਤੋਂ ਉੱਤੇ ਟੂਨ ਰੱਖਣੀ ਚਾਹੀਦੀ ਮੈਨੂੰ ਮੈਂ ਤਾਂ ਇਤਰਾਮ ਕਰਾਂ ਨੇ ਆਪਣੇ ਘਰ ਦਾ ਤੂੰ ਹੈਕ ਮੈਂ ਤੂੰ ਮੈਨੂੰ ਦੱਸ ਕਿੱਥੇ صدਕਾ ਦੇ ਕੇ ਜਾਵਾਂ ਓਏ ਆਪਣੇ ਘਰਦਿਆਂ ਨੂੰ ਭੁਣ ਭੁਣ ਖਵਾ ਬੋਟੀਆਂ ਐੜੀਆਂ صدਕਾ ਲੈ ਲੈਣੇ صدਕੇ ਤੇ ਵੋਕਲ ਜਿਹੜੇ ਆ ਬਦਮਾਸ਼ਾਂ ਵਾਲੇ ਕਿਹੜੇ ਟੋਕਲ ਟੋਕਲ ਆਏ ਤੂੰ ਹਾਂ ਟੋਕਲ ਹੁਣ ਦੱਸ ਕਿੱਥੇ ਆਵਾਂ ਤੂੰ ਦੱਸ ਆ ਜਾਂਗਾ ਤੂੰ ਹਾਂਜੀ ਆ ਜਾਂਗਾ ਮੇਰੀ ਗੱਲ ਸੁਣ ਲੈ ਮੈਂ ਮੇਰੇ ਕੋਲੋਂ ਕੋਈ ਨਾ ਕੋਈ ਪੁੱਠਾ ਕੰਮ ਹੋ ਜਾਣਾ ਤੇਰੇ ਨਾਲ ਤੇ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕੀ ਕਰ ਲਿਆਂਗਾ ਤੂੰ ਮੈਂ ਤੈਨੂੰ ਵੱਡ ਕੇ ਸੁਣ ਸੁਣਾ ਐਡਾ ਤੂੰ ਰਹਿੰਦਾ ਨਹੀਂ ਮਾਜੂ ਉਹ ਕਿਹੜਾ ਤਾਂ ਤੂੰ ਇਸ ਟਾਈਮ ਜਿਹੜਾ ਬਦਤਮੀਜ਼ ਆ ਪਿੱ ਚੰਗਾ ਭਲਾ ਅੱਲਾ ਪਾਕ ਨੇ ਤੇਰੇ ਵਾਸਤੇ ਗੋਸਤ ਦਾ ਬੰਦੋਬਸ ਕੀਤਾ 11 ਕਿਲੋ ਵੱਡਾ ਗੋਸਤ ਆ ਤੂੰ ਆਪਣੀਆਂ ਨਾ ਮੇਰੇ ਕੋਲ ਬੋਟੀਆਂ ਕਰਵਾ ਲਵੀਂ ਬਦਤਮੀਜ਼ ਆਦਮੀ ਉਦਾਂ ਦਾ ਬਦਤਮੀਜ਼ ਉਹ ਜਿਹਨੇ ਨੰਬਰ ਦਿੱਤਾ ਉਹ ਹੈ ਹੀ ਕੋਈ ਕੋਈ ਖੱਚ ਦਾ ਪੀ ਆ ਜਿਹਨੇ ਤੇਰਾ ਨੰਬਰ ਦਿੱਤਾ ਹਾਂ ਉਹ ਬੰਦੇ ਦਾ ਨੰਬਰ ਦੇ ਮੈਨੂੰ ਤੂੰ ਕਰਨੀਆਂ ਗਦਾਗਰੀਆਂ ਉਹ ਤੂੰ ਉਹਦਾ ਨੰਬਰ ਦੇ ਮੈਨੂੰ ਕਰਨੀਆਂ ਗਦਾਗਰੀਆਂ ਤੇ ਅੱਗਿਓ ਆਕੜਾਂ ਵੀ ਦਿਖਾਉਣੀਆਂ ਗਦਾਗਰੀਆਂ ਦੱਸਣ ਡਿਆ ਮੈਨੂੰ ਹਾਂ ਐਡਾ ਰਹਿੰਦਾ ਨਹੀਂ ਉਹਦਾ ਨੰਬਰ ਦੇਣਾ ਮੈਨੂੰ ਤੂੰ ਜਿਹੜਾ ਭਾਇਣ ਤੇਰਾ ਹੈਗਾ ਕੋਈ ਤੂੰ ਉਹਨੂੰ ਕੀ ਕਰਨਾ ਮੈਂ ਉਹਨੂੰ ਦੱਸਾਂ ਕਿ ਕਹਦਾ ਨੰਬਰ ਕਿਦਾਂ ਦੇਈਦਾ ਉਹਨੇ ਤੇਰਾ ਭਲਾ ਕੀਤਾ ਸਵਾ ਓਏ ਮੇਰੀ ਗੱਲ ਸੁਣ ਮੈਂ ਮੈਂ ਤੂੰ ਮੈਨੂੰ ਜਾਣਦਾ ਮੈਨੂੰ ਜਾਣਦਾ ਮੈਂ ਕੌਣ ਹਾਂ ਖਾਲਦ ਸਦਕੇ ਵਾਲਾ ਤੂੰ ਓਏ ਮੈਂ ਮੈਂ ਕਸਮੇ ਮੈਂ ਸਦਕੇ ਜਾਵਾਂ ਜੇ ਤੂੰ ਮੇਰੇ ਸਾਹਮਣੇ ਆ ਜਾਵੇਂ ਇਸ ਟਾਈਮ ਹਾਂ ਤੇ ਪਿਓ ਦਾ ਪੁੱਤਰ ਆ ਨਾ ਹਾਂ ਦੱਸ ਕਿੱਥੇ ਹੋਣਾ ਦੱਸ ਕਿੱਥੇ ਆਉਣਾ ਈ ਤੂੰ ਮੈਨੂੰ ਦੱਸ ਮੈਂ ਇੱਥੇ ਆ ਜੰਨਾ ਨਹੀਂ ਮੈਂ ਆ ਆਉਣਾ صدਕਾ ਲੈ ਕੇ ਪਿਓ ਦਾ ਪੋਤਾ ਨਾ ਤੇ ਆ ਬੂ ਮੈਂ ਮੈਂ 11 ਕਿਲੋ ਗੋਸਤ ਲੈ ਕੇ ਆਉਣਾ 11 ਕਿਲੋ ਗੋਸਤੜਾ ਉਹ ਘਰ ਦੇ ਕੇ ਆਪਣਿਆਂ ਨੂੰ ਉਹ ਪਕਾ ਕੇ ਰੱਖਣ ਤੇ ਤੂੰ ਆ ਜਾ ਇੱਥੇ ਸਮਰਨਾਬਾਦ ਆ ਜਾ ਆ ਜਾ ਆ ਜਾ ਸਮਰਨਾਬਾਦ ਆਣ ਕੇ ਪਹੁੰਚ ਕੇ ਨਾ ਤੂੰ ਮੈਨੂੰ ਫੋਨ ਕਰ ਤੇ ਮੈਂ ਤੈਨੂੰ ਆਣ ਕੇ ਦੱਸਾਂ ਤੈਨੂੰ ਵੀ صدਕਾ ਕਿਦਾ ਕਿਸੇ ਨੂੰ ਦੇਈਦਾ ਐ ਐਡਾ ਤੂੰ ਰਾਠ ਕਿਆ ਕਿਆ ਕਰਨਿਆ ਕਿਉਂ ਹਾਂ ਕਿਆ ਕਿਆ ਕਰਨਿਆ ਦੱਸੋ ਯਾਰ ਸ਼ਰਾਫਤ ਦਾ ਦੌਰ ਹੀ ਨਹੀਂ ਰਹਿ ਗਿਆ ਤੈਨੂੰ ਮੈਂ ਸ਼ਰਾਫਤ ਦੱਸਾਂਗਾ ਤੂੰ ਪੀਓ ਦਾ ਪੁੱਤਾਂ ਤੇ ਆ ਮੇਰੇ ਕੋਲ ਸਾਹਮਣੇ ਆ ਹੁਣ ਮੈਂ ਤੈਨੂੰ ਦੱਸਣ ਡਿਆ ਐਡਰੈਸ ਆ ਆਂਦਾ ਰੇ ਹੁਣ ਮੈਂ ਆਂਡਿਆ ਤੇਰੇ ਵੱਲ ਆ ਤੈਨੂੰ ਸਿੱਧਾ ਜਹਨਮ ਜਨਾ ਭੇਜਦਾ ਮੇਰਾ ਨਾਮ ਮਟਾ ਦੀ ਤੂੰ ਬਾਹਰ ਨਿਕਲ ਗਾ ਗਲੀ ਚ ਮੈਂ ਗਲੀ ਚ ਆ ਤੇ ਮੈਂ ਤੈਨੂੰ ਉੱਥੇ ਹੀ ਫੜਾ ਕੇ ਸਿੱਧਾ ਨਿਕਲ ਜਾਣਾ ਮੈਂ ਤੈਨੂੰ ਨਿਕਲਣ ਦਿਆਂਗਾ ਤਾਂ ਤੂੰ ਨਿਕਲੇਗਾ ਨਾ ਪੁੱਤਰ ਆ ਬੋਰੇ ਚ ਪਾਇਆ ਬੋਰੇ ਚ ਬੋਰੇ ਚ ਪਾਇਆ ਇਸੇ ਬੋਰੇ ਚ ਤੇਰੀਆਂ ਬੋਟੀਆਂ ਕਰਕੇ ਭੇਜਾਂਗਾ ਐ ਨ ਦੱਸੋ ਯਾਰ ਉਹ ਗਿੱਜਿਆ ਪਤਾ ਨਹੀਂ ਕਿਹਦਾ ਤੂੰ ਤੂੰ ਗਿੱਜਿਆ ਤੂੰ ਵੀ ਕਿਸੇ ਹੋਰ ਦਾ ਗਿੱਜਿਆ ਓ ਥੱਲੇ ਇਨਸਾਨਾਂ ਵਾਂਗੂ ਗੱਲ ਕਰ ਮੇਰੇ ਨਾਲ ਤੇ ਮੈਂ ਨਾ ਮੁਰਗੀਆਂ ਵੀ ਦੇਣੀਆਂ ਓਏ ਮੇਰੀ ਗੱਲ ਸੁਣ ਤੂੰ ਮੁਰਗੀਆਂ ਦੇ ਜਾਂ ਤੂੰ گوشਤ ਦੇ ਦੇ ਉਹਨੂੰ ਜਿਹੜਾ ਹੱਕ ਬਣਦਾ ਇਹ ਦੱਸੋ ਕਿ ਮੁਰਗੀਆਂ ਸਾਲਮ ਹੀ ਚਾਹੀਦੀਆਂ ਕਿ ਹਲਾਲ ਕਰਕੇ ਦੇ ਕੇ ਜਾਵਾਂ ਤੇ ਤੂੰ ਤੂੰ ਇਸ ਗੱਲ ਨੂੰ ਛੱਡ ਤੂੰ ਮੇਰੇ ਸਾਹਮਣੇ ਆ ਮੈਂ ਤੈਨੂੰ ਦੱਸਾਂਗਾ ਹਲਾਲ ਕਿੱਦਾਂ ਹੁੰਦਾ ਤੈਨੂੰ ਹਲਾਲ ਕਰਕੇ ਮੈਂ ਤੈਨੂੰ ਦੱਸਾਂਗਾ ਤੇ ਬੰਦ ਕੱਢਣ ਆ ਕਿਉਂ ਤੇ ਪਾਇਨ ਮੈਂ ਆ ਰਿਹਾ ਮੁਰਗੀਆਂ ਲੈ ਕੇ ਉਹ ਪਾਇਨ ਪਾਇਨ ਮੈਨੂੰ ਕਹਿ ਤੂੰ ਆਜੋ ਆਪ ਆ ਜਾ ਤੂੰ ਤੇ ਪਿਓ ਦਾ ਪੋਤਾ ਤੇ ਆ ਜਾ ਆ ਜਾ ਮੈਂ ਤੇਰਾ ਇੰਤਜ਼ਾਰ ਕਰਦਾ ਪਿਆ ਆ ਜਾ ਆ ਜਾ ਬਸ ਸੁਣ ਤੂੰ ਆ ਜਾ ਆਇਆ ਆਇਆ ਬਸ ਮੈਂ ਤੁਹਾਡੇ ਵੱਲੋਂ ਨਿਕਲ ਮੈਂ ਫਿਰ ਹਉਣ ਤੂੰ ਬਸ ਤੈਨੂੰ ਮੈਂ ਕਹਿ ਤਾ ਤੂੰ ਨਿਕਲਿਆ ਮੈਂ ਤੇ ਤਿਆਰ ਖੜਾ ਮੈਂ ਤੇ ਤੇਰਾ ਆਉਂਦੇ ਬੋਟੀਆਂ ਨਾ ਕੀਤੀਆਂ ਤੇ ਤੂੰ ਮੇਰਾ ਨਾਂ ਮਟਾ ਦੇ ਵੀ ਤੂੰ ਖਾਲਦ ਨਹੀਂ ਹੈ ਉਹ ਚਵਲ ਕੱਟੇ ਪਿਓ ਦਾ ਪੁੱਤ ਆ ਹੁਣ ਇੱਥੇ ਐਜੇ ਨਾ ਦੰਦ ਖੜ ਇਹ ਮੈਂ ਤੇਰੇ ਤੇਰੇ ਦਾਦੇ ਜਿਹੜੇ ਤੇਰੇ ਮੂੰਹ ਦੇ ਵਿੱਚੋਂ ਕੱਢ ਕੇ ਬਾਹਰ ਨਾ ਛੁੱਟੇ ਨਾ ਤੂੰ ਮੇਰਾ ਨਾਮ ਵਟਾ ਦੀ ਉਹ ਤੂੰ ਕਿੱਥੋਂ ਬੋਲ ਰਿਹਾ ਮੈਨੂੰ ਦੱਸ ਮੈਂ ਤੇਰਾ ਨੰਬਰ ਟ੍ਰੇਸ ਕਰ ਲੈਣਾ ਮੈਂ ਤੈਨੂੰ ਦੱਸਵਾ ਤੂੰ ਹੈ ਹੀ ਕੋ ਜਾਨਵਰ ਆ ਜਿਵੇਂ ਪਕੜ ਬਿਲੇ ਦੇ ਬੱਚੇ ਬਾਹਰ ਸਾਨ ਬਣਾ ਓਏ ਬੰਦ ਕਰ ਇਹਨੂੰ ਫੋਨ ਨੂੰ ਫੋਨ ਨੂੰ ਬੰਦ ਕਰ ਤੇ ਤੈਨੂੰ ਪਤਾ ਨਹੀਂ ਆਇਆ ਤੂੰ ਕਿਹਦੇ ਨਾਲ ਪੰਗਾ ਲੈਣ ਡਿਆ ਹੁਣ ਮੁੱਕੀਆਂ ਗੱਲਾਂ ਤੇਰੀਆਂ ਚਵਲ ਸਾਹਿਬ ਉਹ ਜਨਵਰੀ ਉਹ ਜਨਵਰੀ ਕਲ ਮੇਰੇ ਕੋ ਗੰਧੀਆਂ ਗਾਲਾਂ ਨਾ ਕਾਲੇ ਵੀ ਮੈਂ ਤੈਨੂੰ ਦੱਸ ਦਵਾ ਉਹ ਖੰਗਾਰ ਉਹ ਖੰਗਾਰੇ ਜੱਕ ਵੀ ਉਹਦਾ ਪੋਤਾ ਨਾ ਤੇ ਮੇਰੇ ਸਾਹਮਣੇ ਆ ਮੈਂ ਤੈਨੂੰ ਦੱਸਣੀਆਂ ਮੇਰਾ ਖੂਨ ਖੌਲਦਾ ਹੀ ਆ ਜੁੰਨੀਆਂ ਤੂੰ ਹਰਖਤਾ ਕਰਦਾ ਪਿਆ ਨਾ ਇਹ ਮੈਂ ਤੇਰੀਆਂ ਹਰਖਤਾ ਪੱਟ ਦੇਣੀਆਂ ਸਾਰੀਆਂ ਉਫ ਭਗੇ ਭਗੇ ਤੇ ਬੱਚੇ ਇਹ ਭਗਾ ਭਗਾ